ਸ਼ਾਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਅਸੀਂ ਬਣਾਵਾਂਗੇ ਇੱਕ ਅਲੱਗ ਤਰੀਕੇ ਦੇ ਨਾਲ ਪਿੰਡੀ ਦੀ ਸਬਜ਼ੀ ਪਿੰਡੀ ਦੀ ਸਬਜ਼ੀ ਖਾਣਾ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੁੰਦਾ ਹੈ ਪਰ ਇੱਕ ਹੀ ਤਰੀਕੇ ਦੀ ਸਬਜ਼ੀ ਬਣਾ ਬਣਾ ਕੇ ਖਾ ਖਾ ਕੇ ਅਸੀਂ ਬੋਰ ਹੋ ਜਾਂਦੇ ਹਾਂ ਪਰ ਇੱਕ ਵਾਰ ਤੁਸੀਂ ਮੇਰੇ ਇਸ ਦੱਸੇ ਤਰੀਕੇ ਦੇ ਨਾਲ ਇਹ ਸਬਜ਼ੀ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਣ ਵਾਲੀ ਹੈ ਤੇ ਮੇਰੀ ਵੀਡੀਓ ਜੇਕਰ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਆਓ ਫਿਰ ਦੇਖਦੇ ਹਾਂ ਇਹ ਪ ਅੱਧਾ ਕਿਲੋ ਮੈਂ ਪਿੰਡੀਆਂ ਲਈਆਂ ਸੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਨਾਲ ਧੋ ਕੇ ਸੁੱਕੇ ਕੱਪੜੇ ਦੇ ਨਾਲ ਪੂੰਝ ਕੇ ਸਾਫ਼ ਕਰ ਲਿਆ ਦੋ ਪਿੰਡੀਆਂ ਮੈਂ ਰੱਖੀਆਂ ਮੈਂ ਕਿੱਦਾਂ ਇਹ ਕੱਟ ਕੇ ਤਿਆਰ ਕੀਤੀਆਂ ਹੋਈਆਂ ਤੁਹਾਨੂੰ ਦਿਖਾਉਣ ਦੇ ਲਈ ਉੱਪਰ ਵਾਲਾ ਤੇ ਨੀਚੇ ਵਾਲਾ ਹਿੱਸਾ ਪਿੰਡੀ ਦਾ ਆਪਾਂ ਕੱਟ ਕਰਕੇ ਵਿਚੋ ਦੀ ਚੀਰਾ ਲਗਾ ਲੈਣਾ ਹੈ ਵਿਚੋ ਦੀ ਚੀਰਾ ਤਾਂ ਲਗਾਣਾ ਕਿ ਮਸਾਲੇ ਜਿੰਨੇ ਵੀ ਆਪਾਂ ਜਿਹੜੇ ਐ ਇਹਦੇ ਵਿੱਚ ਪਾਵਾਂਗੇ ਪਿੰਡੀ ਦੇ ਇੱਕ ਇੱਕ ਪੀਸ ਦੇ ਵਿੱਚ ਚਲੇ ਜਾਣ ਇਸ ਕੰਨ ਵਿੱਚੋਂ ਦੀ ਚੀਰਾ ਲਗਾਉਣਾ ਜਿਹੜੀਆਂ ਵੱਡੀਆਂ ਪਿੰਡੀਆਂ ਉਹਨਾਂ ਦੇ ਤਿੰਨ ਪੀਸ ਕਰ ਲੈਣੇ ਜਿਹੜੀਆਂ ਛੋਟੀਆਂ ਪਿੰਡੀਆਂ ਉਹਨਾਂ ਦੇ ਦੋ ਦੋ ਪੀਸ ਕਰ ਲੈਣੇ ਆਪਾਂ हम मैं चार हरिया मिर्चा लई हैं जिन्होंने मैं बिचों की चीरा लगा के जीडिया व्डिया मिर्चा होंगे तीन तीन पीस कर रही है जोटिया होंगे दो पीस कर रही हूँ कुछ इस तरह नाल। ते सारी मिर्चा जड़ी के ना तो सारिया मिर्च जानू भी आप कट करके तैयार कर लैने इसे तरीके प्याज कट करने मैं एक बड़े साइज़ का एक छोटे साइज का प्याज लिया है प्याज जोड़ा व्डे वाला है मैं कुछ इस तरह कट कर रही हूँ बिच्चों की पहले दो हिस्से कर लें प्याज के ਫਿਰ ਦੋਨਾਂ ਹਿੱਸਿਆਂ ਦੇ ਫਿਰ ਆਪਾਂ ਇਹਦੇ ਚਾਰ ਹਿੱਸੇ ਕਰ ਲੈਣੇ ਆ ਤੇ ਮੋٹے ਮੋٹے ਟੁਕੜਿਆਂ ਦੇ ਵਿੱਚ ਇਹਨਾਂ ਨੂੰ ਕੱਟ ਕਰਨਾ ਹੈ ਪਿਆਜ਼ ਨੂੰ ਬਰੀਕ ਬਰੀਕ ਬਿਲਕੁਲ ਨਹੀਂ ਕੱਟਣਾ ਮੋٹے ਮੋٹے ਟੁਕੜਿਆਂ ਦੇ ਵਿੱਚ ਹੀ ਕੱਟ ਕਰਕੇ ਤਿਆਰ ਕਰਨਾ ਹੈ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕੁਝ ਇਸ ਤਰ੍ਹਾਂ ਦੇ ਨਾਲ ਛੋਟੇ ਵਾਲਾ ਪਿਆਜ਼ ਜਿਹੜਾ ਉਹ ਵੀ ਮੈਂ ਕੱਟ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਚਮਚ ਬੇਸਣ ਸਾਰੀਆਂ ਚੀਜ਼ਾਂ ਆਪਾਂ ਇੱਕੋ ਜਗ੍ਹਾ ਹੀ ਇਕੱਠੀਆਂ ਕਰ ਲੈਣੀਆਂ ਸਾਰੇ ਮਸਾਲੇ ਆਪਾਂ ਪਿੰਡੀ ਤੇ ਪਿਆਜ਼ ਤੇ ਹਰੀਆਂ ਮਿਰਚਾਂ ਦੇ ਵਿੱਚ ਹੀ ਆਪਾਂ ਪਾ ਲੈਣੇ ਆ 1 ਚਮਚ ਪਾਵਾਂਗੇ ਇਹਦੇ ਵਿੱਚ ਧਨੀਆ ਪਾਊਡਰ ਦਾ ਜਿਆਦਾ ਮਸਾਲੇ ਦੇ ਵਿੱਚ ਨਹੀਂ ਪੈਂਦੇ ਔਰ ਫਟਾਫਟ ਇਹ ਸਬਜ਼ੀ ਜਿਹੜੀ ਹੈ ਬਣ ਕੇ ਤਿਆਰ ਹੋ ਜਾਂਦੀ ਹੈ ਸਿਰਫ 10 ਮਿੰਟ ਲੱਗਦੇ ਹੈ ਸਬਜ਼ੀ ਬਣਾਉਣ ਦੇ ਵਿੱਚ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ 1/4 ਚਮਚ ਪਾਵਾਂਗੇ ਹਲਦੀ ਪਾਊਡਰ ਦਾ ਅੱਧਾ ਚਮਚ ਪਾਵਾਂਗੇ ਨਮਕ ਦਾ ਤੁਸੀਂ ਆਪਣੇ ਟੇਸ ਦੇ ਹਿਸਾਬ ਨਾਲ ਨਮਕ ਜਿਹੜਾ ਪਾ ਲਿਓ ਗਰਮ ਮਸਾਲਾ ਪਾਵਾਂਗੇ 1/4 ਚਮਚ ਹੁਣ ਆਪਾਂ ਇਹਦੇ ਵਿੱਚ ਪਾਣੀ ਹੈ 3 ਤੋਂ 4 ਚਮਚ ਦਹੀਂ ਦੇ ਜੇਕਰ ਦਹੀਂ ਖੱਟਾ ਹੋਏਗਾ ਤਾਂ ਬਹੁਤ ਵਧੀਆ ਗੱਲ ਹੈ ਸਬਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏਗੀ ਦਹੀਂ ਪਾਣਾ ਕੀ ਹੋਏਗਾ ਕਿ ਸਬਜੀ ਜਿਹੜੀ ਹੈ ਲੇਸ ਨਹੀਂ ਛੱਡੇਗੀ ਨਹੀਂ ਤਾਂ ਪਿੰਡੀਆਂ ਜਿਹੜੀਆਂ ਲੇਸ ਛੱਡਦੀਆਂ ਤੇ ਜਦੋਂ ਆਪਾਂ ਇਹਦੇ ਵਿੱਚ ਦਹੀਂ ਪਾ ਦਵਾਂਗੇ ਤਾਂ ਫਿਰ ਇਹ ਲੇਸ ਜਿਹੜੀਆਂ ਨਹੀਂ ਛੱਡਾਂਗੀਆਂ ਛੱਡਣਗੀਆਂ ਜੇਕਰ ਆਪਾਂ ਇਹਦੇ ਵਿੱਚ ਅਮचूर ਪਾਊਡਰ ਪਾਵਾਂਗੇ ਤਾਂ ਫਿਰ ਪਿੰਡੀਆਂ ਜਿਹੜੀਆਂ ਪੱਕਣਗੀਆਂ ਨਹੀਂ ਟਾਈਮ ਲੱਗੇਗਾ ਪਿੰਡੀਆਂ ਨੂੰ ਪੱਕਣ ਦੇ ਵਿੱਚ ਇਸ ਕਨ ਪਾ ਅਮचूर ਪਾਊਡਰ ਜਿਹੜਾ ਲਾਸਟ ਵਿੱਚ ਪਾਣਾ ਹੁਣ ਇਹ ਸਾਰੀਆਂ ਚੀਜ਼ਾਂ ਆਪਾਂ ਚੰਗੀ ਤਰ੍ਹਾਂ ਦੇ ਸਬਜੀ ਨੂੰ ਆਪਾ ਮਸਾਲਿਆਂ ਦੇ ਨਾਲ ਇਸ ਤਰ੍ਹਾਂ ਮਿਕਸ ਕਰਨਾ ਹੈ ਕਿ ਇੱਕ ਇੱਕ ਪੀਸ ਦੇ ਉੱਤੇ ਜਿਹੜੇ ਮਸਾਲੇ ਆ ਚੰਗੀ ਤਰ੍ਹਾਂ ਦੇ ਨਾਲ ਕੋਟ ਹੋਣੇ ਚਾਹੀਦੇ ਆ ਮੈਂ ਹੱਥ ਦੇ ਨਾਲ ਇਹ ਸਾਰੇ ਮਸਾਲੇ ਜਿਹੜੇ ਆ ਮਿਕਸ ਕਰ ਰਹੀ ਆ ਮਸਾਲਿਆਂ ਨੂੰ ਸਬਜੀ ਦੇ ਵਿੱਚ ਮਿਕਸ ਕਰਕੇ ਇਹਨੂੰ ਆਪਾਂ 10 ਮਿੰਟ ਲਈ ਛੱਡ ਦੇਣਾ ਤਾਂ ਕਿ ਮਸਾਲਿਆਂ ਦਾ ਫਲੇਵਰ ਜਿਹੜਾ ਆ ਉਹ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਆ ਜਾਈ ਕਿਉਂਕਿ ਪਿੰਡੀਆਂ ਦੇ ਵਿੱਚ ਆਪਾਂ ਚੀਰਾ ਲਗਾਇਆ ਹੋਇਆ ਤੇ ਚੀਰਾ ਲਗਾਣ ਕਾਰਨ ਸਾਰੇ ਮਸਾਲੇ ਜਿਹੜੇ ਆ ਪਿੰਡੀ ਦੇ ਅੰਦਰ ਚਲੇ ਜਾਣਗੇ ਤੇ ਇਹਨੂੰ ਆਪਾਂ 10 ਮਿੰਟ ਲਈ ਛੱਡ ਦਿੰਨੇ ਆ ਇੱਧਰ ਆਪਾਂ ਕੜਾਹੀ ਦੇ ਵਿੱਚ ਤੇਲ ਗਰਮ ਕਰ ਲਿਆ ਵੱਡੇ ਤਿੰਨ ਤੋਂ ਚਾਰ ਚਮਚ ਤੇਲ ਜਿਹੜਾ ਮੈਂ ਗਰਮ ਕੀਤਾ ਤੇ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ ਤਾਂ ਹੁਣ ਜਿਹੜੀ ਆਪਾਂ ਸਬਜ਼ੀ ਮਿਕਸ ਕਰਕੇ ਰੱਖੀ ਹੋਈ ਹੈ ਇਹਨੂੰ 10 ਮਿੰਟ ਹੋ ਗਏ ਪਏ ਹੋਏ ਤੇ ਆਪਾਂ ਇਹ ਸਬਜ਼ੀ ਜਿਹੜੀ ਹੈ ਇਹ ਤੜਕੇ ਦੇ ਵਿੱਚ ਪਾ ਦੇਣੀ ਹੈ ਤੇ ਸਬਜ਼ੀ ਨੂੰ ਆਪਾਂ ਤੜਕੇ ਦੇ ਵਿੱਚ ਮਿਕਸ ਕਰਕੇ 7 ਤੋਂ 8 ਮਿੰਟ ਲਈ ਪਕਾਣਾ ਹੈ ਇਹਨੂੰ ਟੱਕਣਾ ਬਿਲਕੁਲ ਨਹੀਂ ਹੈ ਬਿਨਾਂ ਟੱਕੇ ਹੀ ਇਹਨੂੰ ਪਕਾਣਾ ਹੈ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਔਰ ਇਹਦੀ ਖਾਸ ਗੱਲ ਇਹ ਹੈ ਕਿ ਫਟਾਫਟ ਬਣ ਜਾਂਦੀ ਹੈ ਇਹ ਸਬਜ਼ੀ ਸ਼ਾਇਦ ਇਹ ਪਹਿਲੇ ਤੁਸੀਂ ਕਦੀ ਇਹ ਤਰੀਕਾ ਤੁਸੀਂ ਦੇਖਿਆ ਹੋਣਾ ਇਹ ਸਬਜੀ ਬਣਾਉਂਦਾ ਤੇ ਇੱਕ ਵਾਰ ਮੇਰੇ ਤੋਂ ਦੱਸਿਓ ਤਰੀਕੇ ਦੇ ਨਾਲ ਇਹ ਸਬਜੀ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਪਿੰਡਿਆਂ ਦਾ ਸੀਜ਼ਨ ਹੈ ਪਿੰਡਿਆਂ ਦੇ ਸੀਜ਼ਨ ਦੇ ਵਿੱਚ ਇਹ ਸਬਜੀ ਜਿਹੜੀ ਹੈ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ 7-8 ਮਿੰਟ ਹੋ ਗਏ ਸਬਜੀ ਸਾਡੀ ਬਣ ਕੇ ਤਿਆਰ ਹੈ ਇਹਦੇ ਵਿੱਚ ਪਾਵਾਂਗੇ ਅੱਧੇ ਚਮਚ ਨਾਲ ਵੀ ਘਟ ਮੈਂ ਅਮचूर ਪਾਇਆ ਤੁਸੀਂ ਨਿੰਬੂ ਦਾ ਰਸ ਵੀ ਨਿਚੋੜ ਸਕਦੇ ਹੋ ਤੇ ਨਾਲ ਹੀ ਪਾਏ ਦੇ ਵਿੱਚ ਹਰਾ ਧਨੀਆ ਹੁਣ ਇਹਨੂੰ ਆਪਾਂ ਮਿਕਸ ਕਰਾਂਗੇ ਬਹੁਤ ਹੀ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਤੁਸੀਂ ਇਸ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਦੇਖਿਓ ਇਹ ਸਬਜੀ ਤانوں ਮੇਰੀ ਇਹ ਰੈਸਪੀ ਕਿਵੇਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾ ਲੱਗਦੇ ਬੈਲ ਆਈਕਨ ਤੇ ਪ੍ਰੈਸ ਕਰਕੇ 올 ਤੇ ਜਰੂਰ ਕਲਿੱਕ ਕਰਿਆ ਕਰੋ ਮੇਰੀ ਆਈ ਹੋਈ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾਣ ਦੇ ਲਈ ਤੇ ਮਿਲਦੇ ਆਂ ਐਦਾਂ ਦੀ ਕਿਸੇ ਹੋਰ ਸਿੰਪਲ ਜਿਹੀ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ